ਚਲੋ ਜੀ, ਪੰਜਾਬ ਦੇ ਜਲੰਧਰ ਸ਼ਹਿਰ 'ਚ ਖੁੱਲ੍ਹ ਗਿਆ ਕੱਪੜੇ ਦਾ ਨਾਨਕਾਟ ਅੱਜ ਪਹਿਲੇ ਨਰਾਤੇ, ਮਤਲਬ 3 ਅਕਤੂਬਰ ਨੂੰ। ਦੇਖੋ ਕਿੰਨਾ ਠਾਠਾ ਮਾਰਦਾ ਇਕੱਠ, ਅੰਦਰ ਤਾਂ ਰਸ਼ ਕਿੰਨਾ ਹੈਗਾ ਦੇਖਾਂਗੇ, ਪਰ ਬਾਹਰ ਸੜਕਾਂ ਜਾਮ ਹੋ ਗਈਆਂ। ਇਹ ਕੋਈ ਜਲੰਧਰ ਦਾ ਬੱਸ ਅੱਡਾ ਨਹੀਂ ਹੈਗਾ, ਇਹ ਕੋਈ ਜਲੰਧਰ ਦਾ ਰੇਲਵੇ ਸਟੇਸ਼ਨ ਨਹੀਂ ਹੈਗਾ, ਇਹ ਹੈਗਾ ਨਾਨਕਾਟ ਦਾ ਸ਼ੋਰੂਮ, ਜਿੱਥੇ ਬਹੁਤ ਵੱਡਾ ਇਕੱਠ। ਭੈਣ ਭਰਾਵਾਂ ਦਾ ਪਿਆਰ ਮਿਲਿਆ UK ਤੋਂ ਆਏ ਭਾਜੀ ਸਪੈਸ਼ਲ ਜੀ, ਸ਼ੋਪਿੰਗ ਕਰਨ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਪੂਰੇ ਪੰਜਾਬ ਚੋਂ ਭੈਣ ਭਰਾ ਨੇ ਆਲ ਓਵਰ ਇੰਡੀਆ ਤੋਂ ਆਏ ਨੇ, ਕੋਈ ਪਟਿਆਲਿਓ ਆ ਰਿਹਾ, ਬਠਿੰਡਿਓ ਆ ਰਿਹਾ, ਮੋਗੇ ਤੋਂ, ਕੋਈ ਪੰਜਾਬ ਦਾ ਭਾਜੀ ਐਸਾ ਸ਼ਹਿਰ ਐਸਾ ਕਸਬਾ ਨਹੀਂ ਹੈਗਾ। ਆ ਦੇਖੋ ਇੱਥੇ ਰਸ਼ ਪਤਾ ਕਿਉਂ ਪੈ ਰਿਹਾ, ਦੇਖੋ ਜਿਹੜੇ ਬਾਜ਼ਾਰ 'ਚ 1200-1200, 15-1500 ਦੇ, ਇੱਥੇ 5-5, 6-6 ਦੇ ਵਿੱਚ ਦੇਈ ਜਾਂਦੇ ਆ। ਚੈੱਕ ਕਰੋ ਜੀ, 600 ਰੁਪਇਆ ਰੇਂਜ ਵਾਲੀ ਕੋਲ ਸਭ ਦੇ ਗੋਲਡਨ ਕੰਮ, ਕੋਈ 1500 ਨਹੀਂ, ਕੋਈ 1400 ਨਹੀਂ, ਚੱਕੋ 500-600 ਦੇ ਵਿੱਚ। ਤੁਸੀਂ ਚੈੱਕ ਕਰੋ ਕਿ ਲੋਕੀ ਆਪ ਲਬਲਬ ਸੂਟ ਲੈ ਰਹੇ ਨੇ, ਸਾਨੂੰ ਤਾਂ ਵਿਖਾਉਣ ਦਾ ਮੌਕਾ ਨਹੀਂ ਮਿਲ ਰਿਹਾ। ਜਾਂ ਚੈੱਕ ਕਰੋ, ਇੱਧਰ ਵੀ ਕੈਮਰਾ ਮਾਰੋ, ਇੱਧਰ ਵੀ ਆ ਜਾਓ ਤੁਸੀਂ, ਇੱਧਰ ਵੀ ਦੇਖੋ, ਦੇਖੋ ਇੱਥੇ 500, 1000, 1500, 2000, 5-5 ਹਜ਼ਾਰ ਵਾਲੇ ਸੂਟ। ਦਾਜਵੇੜ ਦਾ ਕੱਪੜਾ ਲੈਣਾ ਆ ਜਾਓ, ਵੱਡੇ ਫਾਇਦੇ ਆ, 1 ਲੱਖ ਦਾ 30-35 ਹਜ਼ਾਰ 'ਚ ਕੱਪੜਾ ਦੇ। ਟਾਈਪ ਦੇ ਸੂਟ ਤੁਹਾਨੂੰ ਵੈਡਿੰਗ ਵਾਲੇ ਚਾਹੀਦੇ ਨੇ, ਆਨੰਦ ਕਾਰਡ ਵਾਸਤੇ ਚਾਹੀਦੇ ਨੇ, ਹੈਵੀ ਤੋਂ ਹੈਵੀ ਚਾਹੀਦੇ ਨੇ, ਨਾਨਕਾਟ ਕੱਪੜਾ ਰੱਖਤੀ ਭਾਜੀ। 3 ਅਕਤੂਬਰ ਤੋਂ ਲੈ ਕੇ ਦੀਵਾਲੀ ਤੱਕ ਭਾਜੀ ਜਿਹੜਾ ਮੇਲਾ ਲਾਇਆ ਨਾ, ਉਹਦੇ 'ਚ ਆਪਾਂ ਦੇ ਦਿੰਦੇ ਨੇ ਹਰ ਟਾਈਪ ਦੇ। ਭੈਣਾਂ ਨੂੰ ਆ ਚੈੱਕ ਕਰੋ ਇੱਕ ਵਾਰੀ, ਰਸ਼ ਤਾਂ ਤੁਸੀਂ ਬਾਹਰ ਦੇਖ ਹੀ ਲਿਆ, ਆਪਾਂ ਲਾਈਵ ਦਿਖਾ ਰਹੇ ਹਾਂ ਬਾਈ ਜੀ, ਕੋਈ ਇਹ ਨਹੀਂ ਕਿ ਕੋਈ ਤੁਹਾਨੂੰ ਰਿਕਾਰਡਡ ਵੀਡੀਓ, ਲਾਈਵ ਤੁਸੀਂ ਚੈੱਕ ਕਰਨ ਦੇ, ਉਹਦੇ ਕੁਆਲਿਟੀਆਂ ਤੁਹਾਡੇ ਸਾਹਮਣੇ ਭਾਜੀ ਆ ਜਾਣਗੇ। ਦੇਖ ਸਾਰਾ ਲਗਜ਼ਰੀ ਸੈਕਸ਼ਨ ਹੈਗਾ ਜਿੱਥੇ ਤੁਹਾਨੂੰ 5000, 7000, 10000, 15000, 25000, 30000 ਦੇ ਸੂਟ ਮਿਲ ਰਹੇ ਆ। ਆਹ ਦੇਖੋ ਚੀਜ਼ਾਂ, ਬਾਜ਼ਾਰ 'ਚ 25000 ਰੁਪਏ ਦਾ ਪੀਸ ਹੈ, ਗਰੰਟਿਡ ਪ੍ਰਾਈਜ਼ ਹੈ ਜੀ, ਅਤੇ ਸਾਡੇ ਕੋਲ ਉਹੀ ਕਨਸੈਪਟ ਹੈ, 60-70% ਡਿਸਕਾਊਂਟ ਦੇ ਪੋਚੇ ਨਾਲ ਵਰਕ, ਹਰ ਇੱਕ ਲਗਜ਼ਰੀ ਚੀਜ਼ ਤੁਹਾਨੂੰ ਨਾਨਕਾਟ ਜਲੰਧਰ ਮਿਲੇਗੀ ਤੇ ਦੀਵਾਲੀ ਤੱਕ। ਦੇਖੋ ਕੱਪੜਾ ਹਰ ਤਰ੍ਹਾਂ ਦਾ ਮਿਲ ਜਾਣਾ, ਰੰਗ ਸਾਰੇ ਮਿਲ ਜਾਣੇ ਆ, ਚਾਹੇ ਹੈਵੀ ਲੈ ਜਾਓ ਚਾਹੇ ਡਾਰਕ ਲੈ ਜਾਓ, ਵਰਾਇਟੀ ਸਾਰੀ ਆ। ਸਲਾਹ ਜੀ, ਪੰਜਾਬ ਦੇ ਜਲੰਧਰ ਸ਼ਹਿਰ 'ਚ ਖੁੱਲ੍ਹ ਗਿਆ ਕੱਪੜੇ ਦਾ ਨਾਨਕਾਟ ਅੱਜ ਪਹਿਲੇ ਨਰਾਤੇ, ਮਤਲਬ 3 ਅਕਤੂਬਰ ਨੂੰ। ਦੇਖੋ ਕਿੰਨਾ ਠਾਠਾ ਮਾਰਦਾ ਇਕੱਠ, ਅੰਦਰ ਤਾਂ ਰਸ਼ ਕਿੰਨਾ ਹੈਗਾ ਦੇਖਾਂਗੇ, ਪਰ ਬਾਹਰ ਸੜਕਾਂ ਜਾਮ ਹੋ ਗਈਆਂ। ਚਾਰੇ ਪਾਸੇ ਦੇਖ ਲਓ ਵੀ ਕਿੰਨਾ ਵੱਡੀਆਂ ਵੱਡੀਆਂ ਗੱਡੀਆਂ ਦੀਆਂ ਲਾਈਨਾਂ ਲੱਗੀਆਂ, ਮੋਟਰਸਾਈਕਲ ਦੇਖੋ, ਸਕੂਟਰ ਦੇਖੋ, ਬਹੁਤ ਜ਼ਿਆਦਾ ਰਸ਼ ਆ, ਬਾਹਰ ਟੈਂਟ ਲੱਗਾ, ਅਤੇ ਦੇਖ ਲਓ ਵੀ ਗੁਰੂ ਕਾ ਲੰਗਰ ਵੀ ਜਿਹੜਾ ਅਤੁੱਟ ਵਰਤ ਰਿਹਾ ਆ, ਅਤੇ ਅੰਦਰ ਦਾ ਮਾਹੌਲ ਕੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਕੋਈ ਜਲੰਧਰ ਦਾ ਬੱਸ ਅੱਡਾ ਨਹੀਂ ਹੈਗਾ, ਇਹ ਕੋਈ ਜਲੰਧਰ ਦਾ ਰੇਲਵੇ ਸਟੇਸ਼ਨ ਨਹੀਂ ਹੈਗਾ, ਇਹ ਹੈਗਾ ਨਾਨਕਾਟ ਦਾ ਸ਼ੋਰੂਮ, ਜਿੱਥੇ ਬਹੁਤ ਵੱਡਾ ਇਕੱਠ। ਬਾਈ ਜੀ, ਮੈਂ ਜਲੰਧਰ ਦੇ ਬੱਸ ਅੱਡਾ ਵੀ ਦੇਖ ਲਿਆ, ਰੇਲਵੇ ਸਟੇਸ਼ਨ ਵੀ ਦੇਖ ਲਿਆ, ਉੱਥੇ ਐਡਾ ਰਸ਼ ਨਹੀਂ ਜਿੱਡਾ ਤੁਸੀਂ ਨਾਨਕਾਟ ਦੇ ਪਾਤਾ। ਅੱਜ ਪਹਿਲੇ ਦਿਨ ਤੁਸੀਂ ਖੋਲਿਆ, ਸੜਕਾਂ ਜਾਮ ਹੋ ਗਈਆਂ, ਨਾ ਸਕੂਟਰ ਖੜਾ ਹੋਣ ਦੀ ਜਗ੍ਹਾ, ਨਾ ਗੱਡੀ ਦੇ ਅੰਦਰ 1 ਇੰਚ ਜਗ੍ਹਾ ਨਹੀਂ। ਬਿਲਕੁਲ ਭਾਜੀ, ਭੈਣ ਭਰਾਵਾਂ ਦਾ ਪਿਆਰ ਮਿਲਿਆ UK ਤੋਂ ਆਏ ਭਾਜੀ ਸਪੈਸ਼ਲ ਜੀ, ਸ਼ੋਪਿੰਗ ਕਰਨ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਪੂਰੇ ਪੰਜਾਬ ਚੋਂ ਭੈਣ ਭਰਾ ਆ ਰਹੇ ਨੇ, ਆਲ ਓਵਰ ਇੰਡੀਆ ਤੋਂ ਆਏ ਨੇ, ਕੋਈ ਪਟਿਆਲਿਓ ਆ ਰਿਹਾ, ਬਠਿੰਡਿਓ ਆ ਰਿਹਾ, ਮੋਗੇ ਤੋਂ, ਕੋਈ ਪੰਜਾਬ ਦਾ ਭਾਜੀ ਐਸਾ ਸ਼ਹਿਰ ਐਸਾ ਕਸਬਾ ਨਹੀਂ ਹੈਗਾ ਜਿੱਥੋਂ। ਤੁਸੀਂ ਡਾਂਗੇ ਦੀ ਚੋਟ ਨਾਲ ਕਿਹਾ ਸੀ ਵੀ ਸਾਡੇ ਕੋਲ 300-400 ਤੋਂ ਲੈ ਕੇ ਭਾਵੇਂ 20000 ਤੱਕ ਦਾ ਸੂਟ ਦਿੱਤੇ ਆ ਸਾਰਿਆਂ ਨੂੰ ਕੁੱਲ ਦਿੰਨੇ ਆ। ਅੱਜ ਕਨਸੈਪਟ ਚੈੱਕ ਕਰੋ, ਬਾਜ਼ਾਰ 'ਚ 1000 ਰੁਪਏ ਦਾ ਹੋਏਗਾ, ਨਾਨਕਾਟ 600-700 ਰੁਪਇਆ ਰੇਂਜਾਂ 'ਚ ਆਪਾਂ ਭਾਜੀ ਇਹ ਚੀਜ਼ਾਂ। ਆ ਦੇਖੋ ਇੱਥੇ ਰਸ਼ ਪਤਾ ਕਿਉਂ ਪੈ ਰਿਹਾ, ਦੇਖੋ ਜਿਹੜੇ ਬਾਜ਼ਾਰ 'ਚ 1200-1200, 15-1500 ਦੇ, ਇੱਥੇ 5-5, 6-6 ਦੇ ਵਿੱਚ ਦੇਈ ਜਾਂਦੇ ਆ। ਸੋ ਚੈੱਕ ਕਰੋ ਜੀ, 600 ਰੁਪਇਆ ਰੇਂਜ ਭਾਜੀ ਕਨਸੈਪਟ ਦੇ ਰਹੇ। ਆ ਵੀ ਤੁਸੀਂ ਦੇਖੋ ਹੈਵੀ ਜਾਲ ਫਰੰਟ, ਦੇਖੋ ਗੋਲਡਨ ਕੰਮ, ਕੋਈ 1500 ਨਹੀਂ, ਕੋਈ 1400 ਨਹੀਂ, ਚੱਕੋ 500-600 ਦੇ ਵਿੱਚ। ਸੋ ਬਿਲਕੁਲ ਭਾਜੀ ਇੱਧਰ ਚੈੱਕ ਕਰੋ, ਜਿੱਦਾਂ ਦਾ ਮਰਜ਼ੀ ਰੰਗ ਲੈ ਲਓ, ਡਿਜ਼ਾਈਨ ਲੈ ਲਓ, ਵਰਾਇਟੀ ਲੈ ਲਓ, ਤੁਸੀਂ ਚੈੱਕ ਕਰੋ ਕਿ ਲੋਕੀ ਆਪ ਲਬਲਬ ਸੂਟ ਲੈ ਰਹੇ ਨੇ, ਸਾਨੂੰ ਤਾਂ ਵਿਖਾਉਣ ਦਾ ਮੌਕਾ ਨਹੀਂ ਮਿਲ ਰਿਹਾ। ਰਸ਼ ਬਹੁਤ ਜ਼ਿਆਦਾ, ਖਲੇਰਾ ਬਹੁਤ ਜ਼ਿਆਦਾ, ਅਤੇ ਸੂਟ ਵੀ ਨਹੀਂ ਇੱਥੇ ਖਤਮ ਹੋ ਰਹੇ, ਲੱਖਾਂ ਦੀ ਗਿਣਤੀ 'ਚ ਭਾਜੀ। ਜਿੱਦਾਂ ਸਾਡਾ ਪ੍ਰੋਮਿਸ ਸੀਗਾ ਕਿ 3 ਤਰੀਕ ਨੂੰ ਲੱਖਾਂ ਦੀ ਗਿਣਤੀ 'ਚ ਸੂਟ ਮਿਲਣਗੇ, ਤਾਂ ਤੁਸੀਂ ਚੈੱਕ ਕਰ ਸਕਦੇ ਹੋ
ਇੱਕ ਇੰਚ ਵੀ ਸਟੋਰ ਦੇ ਅੰਦਰ ਜਗ੍ਹਾ ਨਹੀਂ ਹੈਗੀ। ਪੂਰਾ 10,000 ਸਕੁਅਰ ਫੁੱਟ ਦਾ ਸਟੋਰ ਹੈ ਅਤੇ 1 ਇੰਚ ਜਗ੍ਹਾ ਨਹੀਂ ਹੈਗੀ। ਅਤੇ ਇੱਦਾਂ ਦੇ ਲਗਜ਼ਰੀ ਸੂਟ ਆਪਾਂ ਅੱਧੋ ਅੱਧ ਰੇਟ 'ਤੇ ਅੱਜ ਭਾਜੀ। ਸੋ ਤੁਸੀਂ ਇਹ ਚੈੱਕ ਕਰੋ, ਇੱਧਰ ਵੀ ਕੈਮਰਾ ਮਾਰੋ, ਇੱਧਰ ਵੀ ਆ ਜਾਓ ਤੁਸੀਂ, ਇੱਧਰ ਵੀ ਦੇਖੋ ਦੇਖੋ। ਇੱਥੇ 500,000, 1,500, 2,000, 5,000 ਵਾਲੇ ਸੂਟ, 15,000 ਵਾਲੇ ਸੂਟ ਵੇਚ ਰਹੇ ਆ। ਇੱਧਰ ਵੀ ਤੁਸੀਂ ਦਿਖਾ ਦਿਓ, ਹੈ ਨਾ। ਸੋ ਬਿਲਕੁਲ ਸਾਰੇ ਪਾਸੇ ਰਾਜਾ ਹੈਂਡਵਰਕ ਦਾ ਕਨਸੈਪਟ ਆ। ਬਹੁਤ ਹੀ ਸ਼ਾਨਦਾਰ ਬਾਜੂ ਨਾਲ ਆ, ਸਲਵਾਰ ਨਾਲ ਆ, ਦੁਪੱਟਾ ਪਿਓਰ ਚਨੋਨ ਦਾ 4 ਸਾਈਡ। ਇੱਦਾਂ ਦੇ ਸਾਰੇ ਲਗਜ਼ਰੀ ਆਰਟੀਕਲ ਭਾਜੀ ਆਪਾਂ ਅੱਜ ਲਟਾ ਤਾ ਮੇਲਾ, ਤੁਸੀਂ ਚੈੱਕ ਕਰ ਸਕਦੇ ਹੋ। ਦਰਸ਼ਕਾਂ ਨੂੰ ਇਹ ਵੀ ਦੱਸੋ ਨਾ ਕਿੰਨਾ ਚਿਰ ਹੋਰ ਆ ਸਕਦੇ ਆ। ਬਿਲਕੁਲ ਭਾਜੀ, ਅੱਜ ਤੋਂ ਲੈ ਕੇ ਦੀਵਾਲੀ ਤੱਕ ਭਾਜੀ ਸੇਲ ਮੇਲਾ ਪੂਰਾ, ਹਰ ਰੋਜ਼ ਇਦਾਂ ਹੀ ਚੱਲੇਗਾ। ਬਿਲਕੁਲ ਇਦਾਂ ਹੀ ਚੱਲੇਗਾ ਦੀਵਾਲੀ ਤੱਕ, ਲਾਸਟ ਡੇਟ ਭਾਜੀ ਦੀਵਾਲੀ ਦੀ ਆਪਾਂ। ਆ ਦੇਖੋ ਪੈਰਾਂ ਦੇ ਵਿੱਚ ਸਾਰੇ ਆ ਗਏ ਆ, ਇੱਧਰ ਖਾਨੇ ਸਾਰੇ ਖਾਲੀ ਹੋ ਗਏ ਆ, ਇਸ ਕਰਕੇ ਜੋ ਜੋ ਕਿਹਾ ਉਹ ਦੇ ਰਹੇ ਆ। ਇੱਧਰ ਵੀ ਦੇਖੋ ਪੂਰੀ ਤਿਆਰੀ, ਮਤਲਬ ਕੋਈ ਜਗ੍ਹਾ ਨਹੀਂ ਜਿਹੜੀ ਖਾਲੀ ਹੋਵੇ, ਸਾਰੇ ਪਾਸੇ ਧਾਂਕਾਂ ਲੱਗੀਆਂ ਹੋਈਆਂ ਆ। ਲਗਜ਼ਰੀ ਸੂਟ ਭਾਜੀ ਮਿਲਣਗੇ, ਗਰਮ ਸੂਟ ਲੈਣੇ ਆ ਉਹ ਮਿਲਣਗੇ, ਵਿਆਹ ਸ਼ਾਦੀ ਦਾ ਕੱਪੜਾ ਲੈਣਾ ਖਾਸ ਫਾਇਦਾ ਭਾਜੀ ਮੇਰੀਆਂ ਉਹਨਾਂ ਭੈਣਾਂ ਦਾ ਜਿਨ੍ਹਾਂ ਨੇ ਕੱਪੜਾ ਦਾਜਵਰੀ ਦਾ ਬਣਾਉਣਾ, ਵਿਆਹ ਦਾ ਬਣਾਉਣਾ, ਉਹਨਾਂ ਨੂੰ ਹਰ ਇੱਕ ਰੇਂਜ ਮਿਲੇਗੀ। 400-500 ਤੋਂ ਲੈ ਕੇ ਭਾਜੀ ਭਾਵੇਂ 1,00,000 ਰੁਪਏ ਵਾਲਾ ਸੂਟ ਲੈ ਲਓ, ਨਾਨਕ ਘਾਟ 'ਤੇ ਮਿਲੇਗਾ 80%। ਆਹ ਦੇਖੋ ਜੀ ਜਿਹੜੇ ਬਾਜ਼ਾਰ 'ਚ 4,000, 45,000, 4,500, ਇੱਥੇ 15,000, 16,000 ਦੇ ਵਿੱਚ ਸੂਟ ਦੇ ਰਹੇ ਆ, ਇਸ ਕਰਕੇ ਇੱਥੇ ਬਹੁਤ ਸਾਰਾ ਰਸ਼ ਪਿਆ ਆ। ਸੋ ਬਿਲਕੁਲ ਭਾਜੀ ਚੈੱਕ ਕਰੋ, ਜਾਗੋ ਸਪੈਸ਼ਲ ਸੂਟ ਲੈਣੇ ਆ ਤੁਸੀਂ, ਹੈਵੀ ਲੈਣੇ ਆ, ਨਾਰਕਲੀਆਂ ਲੈਣੀਆਂ, ਵੈਡਿੰਗ ਦੇ ਲੈਣੇ ਆ, ਪਾਕਿਸਤਾਨੀ ਪੈਟਰਨ ਲੈਣੇ ਆ, ਕਿ ਲੋਕੀ ਆਪ ਲੱਭ ਲੱਭ ਸੂਟ ਲੈ ਰਹੇ ਨੇ, ਕਿਉਂਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਜੀ ਅੱਜ ਦੇ ਦਿਨ ਮਿਲਿਆ। ਜਿੱਦਾਂ ਸਾਡੀ ਬਾਤ ਸੀ ਕਿ ਲੋਕਾਂ ਦਾ ਪੂਰਾ ਮਾਨ ਸਨਮਾਨ ਹੋਏਗਾ, ਸੋ ਗੁਰੂ ਮਹਾਰਾਜ ਦਾ ਅਟੁੱਟ ਲੰਗਰ ਵੀ ਚਲਾਇਆ 2-3 ਹਜ਼ਾਰ ਬੰਦੇ ਦਾ, ਅਤੇ ਨਾਲ ਇੱਥੇ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਭਾਜੀ ਫਾਇਦੇ ਕਰਾ ਰਹੇ ਹਾਂ। 2-2, 2.5-2.5 ਲੱਖ ਵਾਲਾ ਕੱਪੜਾ ਭਾਜੀ 50-60 ਹਜ਼ਾਰ ਰੇਂਜ 'ਚ ਲੋਕੀ ਲੈ ਕੇ ਜਾ। ਦੇਖੋ ਜਿਹਨਾਂ ਦੇ ਘਰ ਵਿਆਹ ਸ਼ਾਦੀ ਦਾਜ ਵੇਰ ਦਾ ਕੱਪੜਾ ਲੈਣਾ ਆ ਜਾਓ, ਵੱਡੇ ਫਾਇਦੇ ਆ। 1,00,000 ਦਾ 30-35 ਹਜ਼ਾਰ 'ਚ ਕੱਪੜਾ ਦੇ ਰਹੇ ਹਾਂ। ਆ ਸਾਰਿਆਂ ਦੇ ਤੁਸੀਂ ਚਿਹਰੇ ਦੇਖ ਲਓ, ਬੜੇ ਖੁਸ਼ੀ ਖੁਸ਼ੀ ਲੋਕ ਆਏ ਆ। ਬਾਈ ਆਏ ਬੜੇ ਦੂਰੋਂ ਆ, ਕੋਈ ਪਠਾਨਕੋਟ, ਗੁਰਦਾਸਪੁਰ, ਬਠਿੰਡਾ, ਰੈਡੀਮੇਡ ਲੈਣਾ ਤੁਹਾਨੂੰ ਉੱਪਰ ਮਿਲਣਾ। ਸੋ ਤੁਸੀਂ ਇੱਦਾਂ ਚੈੱਕ ਕਰੋ, ਲੰਘਣ ਨੂੰ ਵੀ ਜਗ੍ਹਾ ਨਹੀਂ ਹੈਗੀ ਬਾਈ ਜੀ। ਹਾਂਜੀ, ਸਾਡੇ ਕੋਲ ਲੰਘਣ ਨੂੰ ਵੀ ਥਾਂ ਨਹੀਂ ਹੈਗੀ। ਆ ਤੁਸੀਂ ਦੇਖੋ ਵੀ ਆ ਰਸਤੇ ਕਿਹੜੇ ਲਾਏ ਆ, ਮਤਲਬ ਰਸ਼ ਵੱਡਾ। ਆਹ ਦੇਖੋ ਪੈਕਿੰਗਾਂ ਹੋਈ ਜਾਂਦੀਆਂ ਨਾਲ 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 ਇੱਥੋਂ ਦਈ ਜਾ ਰਹੇ ਹਾਂ। ਪੱਕਾ ਭਾਜੀ ਬਿੱਲ ਮਿਲੇਗਾ ਹਰ ਇੱਕ ਕਸਟਮਰ ਨੂੰ, ਕੋਈ ਉਹਦੇ ਵਿੱਚ ਧੋਖਾ ਨਹੀਂ, ਕੋਈ ਭੁਲੇਖਾ ਨਹੀਂ, ਹਰ ਇੱਕ ਕਸਟਮਰ ਨੂੰ ਪੱਕਾ ਬਿੱਲ ਦੇ ਕੇ ਭਾਜੀ ਭੇਜ ਰਹੇ ਹਾਂ। ਹਰ ਟਾਈਪ ਦੇ ਸੂਟ ਤੁਹਾਨੂੰ, ਵੈਡਿੰਗ ਵਾਲੇ ਚਾਹੀਦੇ ਨੇ, ਆਨੰਦ ਕਾਰਜ ਵਾਸਤੇ ਚਾਹੀਦੇ ਨੇ, ਹੈਵੀ ਤੋਂ ਹੈਵੀ ਚਾਹੀਦੇ ਨੇ। ਨਾਨਕ ਘੱਟ ਕੱਪੜਾ ਫੈਕਟਰੀ ਭਾਜੀ 3 ਅਕਤੂਬਰ ਤੋਂ ਲੈ ਕੇ ਦੀਵਾਲੀ ਤੱਕ ਭਾਜੀ ਜਿਹੜਾ ਮੇਲਾ ਲਾਇਆ ਨਾ, ਉਹਦੇ 'ਚ ਆਪਾਂ ਦੇ ਦੇਣੇ ਨੇ ਹਰ ਟਾਈਪ ਦੇ ਭੈਣਾਂ ਨੂੰ। ਆ ਚੈੱਕ ਕਰੋ ਇੱਕ ਵਾਰੀ, ਰਸ਼ ਤਾਂ ਤੁਸੀਂ ਬਾਹਰ ਦੇਖ ਹੀ ਲਿਆ, ਆਪਾਂ ਲਾਈਵ ਦਿਖਾ ਰਹੇ ਹਾਂ ਬਾਈ ਜੀ, ਕੋਈ ਇਹ ਨਹੀਂ ਕਿ ਕੋਈ ਤੁਹਾਨੂੰ ਰਿਕਾਰਡਡ ਵੀਡੀਓ, ਲਾਈਵ ਤੁਸੀਂ ਚੈੱਕ ਕਰਨ ਦਿਓ ਅਤੇ ਕੁਆਲਿਟੀਆਂ ਤੁਹਾਡੇ ਸਾਹਮਣੇ ਹੀ ਭਾਜੀ ਆ ਜਾਂਦੇ ਜੀ। ਦੇਖੋ ਇੱਥੇ ਆਉਣ ਦਾ ਤੁਹਾਨੂੰ ਫਾਇਦਾ ਕੀ ਹੈ, ਚਾਹੇ 400-500-700 ਤੋਂ ਲੈ ਕੇ 20-25,000 ਦਾ ਸੂਟ, ਆਹ ਸਾਰਾ ਲਗਜ਼ਰੀ ਸੈਕਸ਼ਨ ਹੈਗਾ ਜਿੱਥੇ ਤੁਹਾਨੂੰ 5,000, 7,000, 10,000, 15,000, 25,000, 30,000 ਦੇ ਸੂਟ ਮਿਲ ਰਹੇ ਆ। ਆਹ ਦੇਖੋ ਚੀਜ਼ਾਂ, ਅਤੇ ਮਤਲਬ ਕਸਟਮਰ ਇੰਨੇ ਖੁਸ਼ ਆ, ਮੈਂ ਇੱਕ ਗੱਲ ਦੇਖ ਕੇ ਬੜਾ ਹੈਰਾਨ ਆ ਜੀ, ਕਸਟਮਰ ਜਿਹੜਾ ਉਹਦਾ 500-700 ਹਜ਼ਾਰ ਨੂੰ ਘੱਟ 5,000, 10,000 ਭਰ ਸੂਟਾਂ ਲਿਆ ਰਿਹਾ ਜੀ। ਆਪਾਂ ਲਗਜ਼ਰੀ ਚੀਜ਼ਾਂ, ਸਾਡਾ ਕਨਸੈਪਟ ਇਹ ਹੈਗਾ ਜਿਹੜੇ ਬਾਜ਼ਾਰ 'ਚ 20-25-30 ਹਜ਼ਾਰ ਵਾਲੇ ਸੂਟ ਹੈ ਉਹਨਾਂ ਨੂੰ 5-5, 6-6, 7-7 ਹਜ਼ਾਰ ਵਿੱਚ ਦਿੱਤਾ ਜਾਏ। ਇੱਧਰ ਪਾਰਸਲਾਂ ਦੇ ਪਾਰਸਲ ਭਾਜੀ ਚੈੱਕ ਕਰੋ ਭਰੇ ਪਏ ਨੇ, ਕਾ ਚੀਜ਼ ਚੈੱਕ ਕਰੋ, ਬਾਜ਼ਾਰ 'ਚ 25,000 ਰੁਪਏ ਦਾ ਪੀਸ ਹੈ, ਗਰੰਟਿਡ ਪ੍ਰਾਈਜ਼ ਹੈ, ਅਤੇ ਸਾਡੇ ਕੋਲ ਉਹੀ ਕਨਸੈਪਟ ਹੈ, 60-70% ਡਿਸਕਾਊਂਟ 'ਤੇ ਪਹੁੰਚੇ ਨਾਲ ਵਰਕ, ਹਰ ਇੱਕ ਲਗਜ਼ਰੀ ਚੀਜ਼ ਤੁਹਾਨੂੰ ਨਾਨਕ ਘਾਟ ਜਲੰਧਰ ਮਿਲੇਗੀ। ਜਿੱਦਾਂ ਦਾ ਮਰਜ਼ੀ ਸੂਟ ਲੈ ਲਓ, ਤੁਹਾਡਾ ਬਜਟ ਹੈਗਾ ਲਾਵਾਂ ਫੇਰਿਆਂ ਦੇ ਉੱਤੇ 3-4-5 ਹਜ਼ਾਰ ਦਾ, ਉਹ ਵੀ ਭਾਜੀ ਮਿਲੇਗਾ, ਤੁਹਾਡਾ ਬਜਟ ਹੈਗਾ 50,000 ਦਾ ਉਹ ਵੀ ਤੁਹਾਨੂੰ ਮਿਲੇਗਾ, ਮਿਲਣੇ ਨਾਨਕ ਘਾਟ ਕੱਪੜਾ ਫੈਕਟਰੀ ਜਲੰਧਰ 'ਚ ਹੋਏ। ਜਾਲ, ਦੁਪੱਟੇ, ਭਾਰੀਆਂ, ਫਰੰਟਾਂ, ਹਰ ਇੱਕ ਚੀਜ਼ 'ਚ ਭਾਜੀ ਸਪੈਸ਼ਲਿਸਟ ਹੀ ਤੁਹਾਨੂੰ ਮਿਲੇਗੀ ਇੱਥੇ।
ਪੂਰਾ ਨਾਲ ਮਾਨ ਸਨਮਾਨ ਹੋਏਗਾ, ਹਰ ਇੱਕ ਚੀਜ਼ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਇੱਥੇ ਦਿਖਾਈ ਜਾਏਗੀ, ਲਗਜ਼ਰੀ ਚੀਜ਼ਾਂ ਮਿਲਣਗੀਆਂ, ਮਿਲਣੀਆਂ 3 ਅਕਤੂਬਰ ਤੋਂ ਬਾਅਦ ਢਿੱਲ ਦੀਵਾਲੀ ਤੱਕ। ਦੇਖੋ ਕੱਪੜਾ ਹਰ ਤਰ੍ਹਾਂ ਦਾ ਮਿਲ ਜਾਣਾ, ਰੰਗ ਸਾਰੇ ਮਿਲ ਜਾਣੇ ਆ, ਚਾਹੇ ਹੈਵੀ ਲੈ ਜਾਓ ਚਾਹੇ ਡਾਰਕ ਲੈ ਜਾਓ, ਵਰਾਇਟੀ ਸਾਰੀ ਆ, ਰਸ਼ ਬਹੁਤ ਆ ਬਾਈ ਜੀ, ਉਹਨਾਂ ਨੂੰ ਵਾਰ ਵਾਰ ਮਿਹਨਤ ਕਰਕੇ ਲਿਆਉਂਦੇ ਆ। ਸੋ ਤੁਹਾਨੂੰ ਇਹ ਦੱਸਦਾ ਬਈ ਸੇਲ ਸ਼ੁਰੂ ਆ ਦੀਵਾਲੀ ਤੱਕ, ਵਿਆਹ ਸ਼ਾਹੀ ਦਾ ਕੱਪੜਾ ਲੈਣਾ, ਦਾਜ ਵੀਰ ਦਾ ਲੈਣਾ, ਦੇਣ ਲੈਣ ਕਰਨਾ ਇੱਥੇ ਆ ਜਾਓ, ਲੱਖਾਂ ਰੁਪਏ ਤੁਹਾਡੇ ਬਚਣੇ ਆ। ਜਿਹੜੇ ਸਿਆਣੇ ਲੋਕ ਆ ਹੁਣ ਬਾਜ਼ਾਰਾਂ 'ਚੋਂ ਨਹੀਂ ਜਾਣਾ ਬੰਦ ਕਰਤਾ, ਸਿੱਧੇ ਕੱਪੜੇ ਫੈਕਟਰੀ ਨਾਲ ਘਟਾ ਰਹੇ ਆ। ਫੈਕਟਰੀ ਆਊਟਲੈਟ ਹੈ, ਨਵਾਂ ਯੂਨਿਟ ਅੱਜ ਓਪਨ ਕੀਤਾ ਗੁਰੂ ਮਹਾਰਾਜ ਦੀ ਮਿਹਰ ਨਾਲ, ਗੁਰੂ ਘਰ ਟੂਟ ਲੰਗਰ ਚੱਲ ਰਿਹਾ ਅਤੇ ਲੋਕਾਂ ਦਾ ਇੰਨਾ ਭਰਵਾਂ ਹੁੰਗਾਰਾ ਮਿਲਿਆ ਜਿਹਦੇ ਮੈਂ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ। ਲੋਕਾਂ ਨੇ ਇੰਨਾ ਪਿਆਰ ਦਿੱਤਾ ਅਤੇ ਨਾਲ ਇੱਦਾਂ ਦੀਆਂ ਨਾਰਕਲੀਆਂ ਚੈੱਕ ਕਰੋ, ਆਪਾਂ ਇੱਦਾਂ ਦੀਆਂ ਅਨਾਰਕਲੀਆਂ ਭੈਣਾਂ ਨੂੰ ਦੇਣ ਜਾ ਰਹੇ ਹਾਂ। ਲਗਜ਼ਰੀ ਚੀਜ਼ਾਂ ਦਾ ਅਸੀਂ ਮੇਲਾ ਲਾਇਆ, ਕੋਈ 100-100, 200-200 ਰੁਪਏ ਵਾਲੀਆਂ ਲੀਰਾਂ ਨਹੀਂ ਦੇਣੀਆਂ, ਤੁਹਾਨੂੰ ਵਧੀਆ ਚੀਜ਼ਾਂ ਦੇਣੀਆਂ, ਪਾਉਣ ਵਾਲੀਆਂ, ਹੰਢਾਉਣ ਵਾਲੀਆਂ, ਵਧੀਆ ਬਾਈ ਜੀ ਆ ਸੂਟ ਦੇਣੇ ਨੇ, ਚੈੱਕ ਕਰੋ ਅਤੇ ਦੇਣੇ ਕੋਟੀਆਂ ਦੇ ਪਾ, ਇੱਥੇ ਕੋਈ ਡੰਮੀਆਂ 'ਚ ਪਾ ਕੇ ਲਿਸ਼ਕ ਮੁਸ਼ਕ ਕਰਕੇ ਨਹੀਂ ਆਪਾਂ ਦੇਣੇ, ਆਪਾਂ ਕੋਟੀਆਂ ਦੇ ਪਾ ਤੁਹਾਨੂੰ ਲਗਜ਼ਰੀ ਸੂਟ ਦੇਣੇ ਨੇ, ਕੋਈ ਡੰਮੀਆਂ 'ਚ ਪਾ ਕੇ ਐਵੇਂ 25-25, 30-30, 50-50 ਹਜ਼ਾਰ ਰੁਪਇਆ ਨਹੀਂ ਮੰਗਣਾ, ਅੱਧੋ ਅੱਧ ਰੇਟ ਦੇ ਉੱਤੇ ਅਸੀਂ ਤੁਹਾਨੂੰ ਇੱਦਾਂ ਦੀਆਂ ਲਗਜ਼ਰੀ ਵਰਾਇਟੀਆਂ ਦੇਵਾਂਗੇ ਟਿਲ ਦੀਵਾਲੀ ਤੱਕ ਭਾਜੀ ਮੇਲਾ ਚਲਾਵਾਂਗੇ ਜੀ। ਸੋ ਆ ਜਾਓ ਤੁਸੀਂ ਜਲਦੀ ਜਲਦੀ, ਤੁਸੀਂ ਕੋਈ ਜਾਣਕਾਰੀ ਲੈਣੀ ਆ ਜਾਂ ਕੋਈ ਤੁਹਾਨੂੰ ਸਵਾਲ ਹੈਗਾ, ਨੰਬਰ ਸਕਰੀਨ 'ਤੇ ਹੈਗਾ, ਤੁਸੀਂ ਫੋਨ ਕਰ ਲਿਓ, ਹੁਣ ਬਹੁਤ ਬਿਜ਼ੀ ਆ, ਫੋਨ 'ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਜੇ ਕੋਈ ਰਹਿ ਗਈ ਉਹ ਤੁਹਾਨੂੰ ਦੇ ਦਿਆਂਗੇ ਆਪਾਂ। ਬਿਲਕੁਲ ਜੀ ਬਿਲਕੁਲ, ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਨਾਨਕ ਘਾਟ ਕੱਪੜਾ ਫੈਕਟਰੀ, ਨੰਬਰ ਸਕਰੀਨ 'ਤੇ ਆ ਰਹੇ ਨੇ, ਵੀਡੀਓ ਘਰ ਘਰ ਸ਼ੇਅਰ ਜ਼ਰੂਰ ਕਰਾਇਓ। ਅਗਰ ਤੁਸੀਂ ਦਾਜਵਾਰੀ ਦਾ ਕੱਪੜਾ ਬਣਾਉਣਾ ਹੈ ਤੁਹਾਡੇ ਬਹੁਤ ਵੱਡੇ ਫਾਇਦੇ ਹੋਣਗੇ, ਅਤੇ ਇੱਕ ਹੱਥ ਜੋੜ ਕੇ ਬੇਨਤੀ ਹੈ, ਆਓ ਸਵੇਰੇ 9-10-11-12 ਵਜੇ ਤੋਂ ਪਹਿਲੇ ਪਹਿਲੇ ਤਾਂ ਕਿ ਰਸ਼ ਤੋਂ ਬਚਣਾ ਪੈਂਦੀ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਂਢੀ ਜਲੰਧਰ।